ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਮੁਨੀਸ਼ ਮਹਿਰਾ ਔਰ ਤੁਸੀਂ ਦੇਖ ਰਹੇ ਹੋ ਪਿਕਚਰ ਆਫ ਰੀਅਲ ਲਾਈਫ ਇੱਕ ਵਾਰੀ ਫੇਰ ਮੈਂ ਔਰ ਮੇਰੀ ਪੂਰੀ ਟੀਮ ਔਰ ਆਪਾਂ ਸਾਰੇ ਇੱਥੇ ਇਕੱਠੇ ਹੋਏ ਹਾਂ ਔਰ ਆਪਾਂ ਇੱਕ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਔਰ ਸਭ ਤੋਂ ਪਹਿਲਾਂ ਮੈਂ ਵੈਲਕਮ ਕਰਾਂਗਾ ਸ਼ੁਕਰਾਂਤ ਕਾਲਰਾ ਜੀ ਰਾਜਨ ਜੀ ਉਹਨਾਂ ਦੇ ਟੀਮ ਮੈਂਬਰ ਨੂੰ ਔਰ ਨਾਲ ਹੀ ਮੈਂ ਵੈਲਕਮ ਕਰਾਂਗਾ ਸਾਡੇ ਟੀਮ ਦੇ ਸੀਨੀਅਰ ਮੋਸਟ ਨਵਦੀਪ ਭਾਜੀ ਨੂੰ ਜਿਹੜੇ ਸਾਡੇ ਵੱਡੇ ਵੀਰ ਸਾਨੂੰ ਬਹੁਤ ਹੀ ਤਰੀਕੇ ਦੇ ਨਾਲ ਵਧੀਆ ਤਰ੍ਹਾਂ ਗਾਈਡ ਕਰਦੇ ਨੇ ਔਰ ਸਾਡੀ ਹੈਲਪ ਕਰਦੇ ਨੇ ਮੈਂ ਦੱਸਣਾ ਚਾਹਾਂਗਾ ਕਿ ਇਹ ਇੱਕ ਵੈਲਫੇਅਰ ਸੁਸਾਇਟੀ ਦੇ ਮੈਂਬਰ ਨੇ ਔਰ ਸੋਸ਼ਲ ਵਰਕਰ ਨੇ ਔਰ ਬਹੁਤ ਹੀ ਹੈਲਪ ਕਰਦੇ ਨੇ ਲੋਕਾਂ ਦੀ ਔਰ ਅੱਜ ਦਾ ਜਿਹੜਾ ਮੇਨ ਮੁੱਦਾ ਹੈ ਸਾਡਾ ਉਹ ਹੈ ਪਲਾਂਟੇਸ਼ਨ ਜਿਹੜੀ ਕਿ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਘੱਟ ਹੋ ਰਹੀ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪਿਛਲੇ 5-6 ਸਾਲਾਂ ਤੋਂ ਸਾਰਾ ਕਲਾਈਮੇਟ ਚੇਂਜ ਹੋ ਰਿਹਾ ਨਾ ਸਰਦੀ ਦਾ ਟਾਈਮ ਪੀਰੀਅਡ ਪਤਾ ਲੱਗ ਰਿਹਾ ਨਾ ਗਰਮੀ ਦਾ ਅਤੇ ਨਾ ਹੀ ਮਾਨਸੂਨ ਦਾ ਜਿੱਥੇ ਬਾਰਿਸ਼ ਹੋ ਰਹੀ ਹੈ ਉੱਥੇ ਬਹੁਤ ਜ਼ਿਆਦਾ ਹੋ ਰਹੀ ਹੈ ਬਾੜਾਂ ਤੱਕ ਆ ਰਹੀਆਂ ਨੇ ਅਤੇ ਜਿੱਥੇ ਸੁੱਕਾ ਪਿਆ ਉੱਥੇ ਬਿਲਕੁਲ ਇੱਕਦਮ ਸੁੱਕਾ ਪਿਆ ਔਰ ਮੇਨ ਇਹਦਾ ਜਿਹੜਾ ਰੀਜ਼ਨ ਹੈ ਕਾਰਨ ਹੈ ਉਹ ਹੈ ਗਲੋਬਲ ਵਾਰਮਿੰਗ ਔਰ ਤੁਸੀਂ ਹਰ ਜਗ੍ਹਾ ਦੇਖ ਸਕਦੇ ਹੋ ਜਿੱਥੇ ਵੀ ਤੁਸੀਂ ਦੇਖੋਗੇ ਤੁਹਾਨੂੰ ਇੱਕੋ ਚੀਜ਼ ਮਿਲੇਗੀ ਉਹ ਹੈ ਪੋਲਿਊਸ਼ਨ ਔਰ ਜਿਹੜਾ ਕਿ ਸਭ ਤੋਂ ਜ਼ਿਆਦਾ ਮੇਨ ਬਿਮਾਰੀਆਂ ਦਾ ਘਰ ਹੈ ਔਰ ਜਿਹੜੇ ਸਾਡੇ ਪੇੜ ਨੇ ਜਿਹੜੇ ਸਾਨੂੰ ਸ਼ੁਰੂ ਤੋਂ ਇਹਨਾਂ ਬਿਮਾਰੀਆਂ ਤੋਂ ਬਚਾਉਂਦੇ ਆਏ ਨੇ ਉਹ ਸਾਡੇ ਦੇਸ਼ ਵਿੱਚ ਤੇਜ਼ੀ ਦੇ ਨਾਲ ਕੱਟੇ ਜਾ ਰਹੇ ਨੇ ਔਰ ਸਾਨੂੰ ਕਿਹਾ ਜਾ ਰਿਹਾ ਕਿ ਦੇਸ਼ ਦਾ ਵਿਕਾਸ ਹੋ ਰਿਹਾ ਦੇਸ਼ ਦਾ ਵਿਕਾਸ ਹੋਣਾ ਚਾਹੀਦਾ ਹੈ ਦੇਸ਼ ਦਾ ਵਿਕਾਸ ਕਰੋ ਲੇਕਿਨ ਜਿਸ ਤੇਜ਼ੀ ਦੇ ਨਾਲ ਸਾਡੇ ਪੇੜ ਕੱਟੇ ਜਾ ਰਹੇ ਨੇ ਉਨੀ ਤੇਜ਼ੀ ਦੇ ਨਾਲ ਪੇੜ ਲੱਗਣੇ ਵੀ ਚਾਹੀਦੇ ਨੇ ਅੱਜ ਆਪਾਂ ਸਾਰੇ ਇਸੇ ਮੁੱਦੇ ਦੇ ਵਿੱਚ ਇਕੱਠੇ ਹੋਏ ਹਾਂ ਔਰ ਆਪਾਂ ਪਲਾਂਟੇਸ਼ਨ ਕਰਨ ਜਾ ਰਹੇ ਹਾਂ ਆਪਾਂ ਵੱਖ ਵੱਖ ਲੋਕੇਸ਼ਨ ਆਪਣੀ ਸਿਲੈਕਟ ਕੀਤੀ ਹੈ ਔਰ ਮੈਂ ਰਿਕੁਐਸਟ ਕਰਾਂਗਾ ਸਭ ਤੋਂ ਪਹਿਲੇ ਤਾਂ ਕਾਲਰਾ ਜੀ ਨੂੰ ਔਰ ਨਵਦੀਪ ਭਾਜੀ ਨੂੰ ਕਿ ਆਪਾਂ ਸ਼ੁਰੂਆਤ ਕਰੀਏ ਕਿ ਨੇਕ ਕੰਮ ਦੀ ਔਰ ਆਪਾਂ ਪਲਾਂਟੇਸ਼ਨ ਸ਼ੁਰੂ ਕਰੀਏ ਅੱਛਾ ਅੱਛਾ ਰੱਖ ਲਓ ਕੋਈ ਗੱਲ ਨਹੀਂ